ਜਿਹੜੀ ਹਾਂਜੀ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਮੈਂ ਆਪ ਇੱਕ ਸ਼ਹੀਦ ਪਰਿਵਾਰ ਦਾ ਬੱਚਾ ਏ, ਅਤੇ ਅਸੀਂ ਤਾਂ ਇਹ ਚੀਜ਼ਾਂ ਸਮਝਦੇ ਹਾਂ ਵੀ ਸ਼ਹਾਦਤਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਏ ਉਹ ਕੌਮਾਂ ਲਈ, ਆਪਣੇ ਦੇਸ਼ ਲਈ, ਆਪਣੇ ਲੋਕਾਂ ਦੇ ਲਈ ਦਿੱਤੀਆਂ ਜਾਂਦੀਆਂ। ਅਸੀਂ ਇੱਥੇ ਕੋਈ ਵੀ ਸਿਆਸਤ ਆ ਜਿਹੜੀ ਉਸ ਨਾ ਕਰਨੀ ਆ, ਨਾ ਗੱਲ ਕਰਨੀ ਚਾਹੀਦੀ ਹੈ, ਇਹ ਸਾਰਿਆਂ ਦੇ ਆ। ਅਤੇ ਇਸ ਕਰਕੇ ਦੇਖੋ ਕਿਸ ਤਰੀਕੇ ਨਾਲ ਅੱਜ ਆਨੰਦ ਆਇਆ ਉਹਨਾਂ ਦਾ ਜਨਮ ਦੇਣਾ। ਅਤੇ ਕਦੇ ਵੀ ਜਦੋਂ ਜਿਹੜੇ ਸ਼ਹੀਦ ਹੁੰਦੇ ਆ ਉਹਨਾਂ ਦੇ ਕਦੇ ਅੱਖ ਚਾਂਸੂ ਨਹੀਂ ਆਉਣਾ ਚਾਹੀਦਾ ਕਿਸੇ ਵੀ, ਉਹਨਾਂ ਦੀ ਸਿਰਫ ਚੜ੍ਹਦੀ ਕਲਾ ਦੀ ਗੱਲ ਕਰਨੀ ਚਾਹੀਦੀ ਆ। ਅਤੇ ਅੱਜ ਉਹਨਾਂ ਦੇ ਪਰਿਵਾਰ ਨੇ ਸਾਰੇ ਉਹ ਵੀ ਚੜ੍ਹਦੀ ਕਲਾ ਦੀ ਗੱਲ ਕਰਦੇ ਆ। ਜਿਹੜੀਆਂ ਗੱਲਾਂ ਸਰਕਾਰਾਂ ਕੋਲ ਨੇ ਉਹ ਸਾਰੀਆਂ, ਬਹੁਤ ਇਸ਼ੂ ਤੁਹਾਨੂੰ ਸਾਰੇ ਅੱਜ ਦਾ ਨਹੀਂ ਪਤਾ, ਬਹੁਤ ਵੱਡਾ ਇੱਕ ਉਹ ਹਾਈ ਕੋਰਟ 'ਚ ਉਹ ਇਸ਼ੂ ਰਾਹ ਦਾ ਚੱਲ ਰਿਹਾ, ਉਹ ਵੀ ਜਲਦੀ ਤੋਂ ਜਲਦੀ ਸੋਲਵ ਹੋਊ। ਪਰ ਅੱਜ ਸ਼ਹੀਦ ਆਜ਼ਮ ਸੁਖਦੇਵ ਥਾਪਰ ਜੀ, ਉਹਨਾਂ ਦੇ ਪਰਿਵਾਰ ਨੂੰ ਅਸੀਂ ਸਾਰੇ ਜਿੱਥੇ ਉਹਨਾਂ ਨੂੰ ਅੱਜ ਯਾਦ ਕੀਤਾ ਹੈ, ਅਤੇ ਸਾਰੇ ਅਲੱਗ ਅਲੱਗ ਵੱਖ ਵੱਖ ਪਾਰਟੀਆਂ ਹੋਣ, ਵੱਖ ਵੱਖ ਐਨ ਜੀ ਓਜ਼ ਹੋਣ, ਸਾਰੀਆਂ ਆਪਣਾ ਉਹਨਾਂ ਦੇ ਨਾਲ ਖੜੀਆਂ ਹੈ। ਅਤੇ ਉਹਨਾਂ ਦੇ ਨਾਲ ਜਿਹੜਾ ਇਹ, ਮੈਂ ਸਮਝਦਾ ਇਹ ਜਿੰਨਾ ਅਸੀਂ ਉਹਨਾਂ ਦਾ ਗੁਣਗਾਨ ਕਰਾਂਗੇ, ਸਾਡੀ ਨਵੀਂ ਪੀੜ੍ਹੀ, ਅਗਲੀ ਜਨਰੇਸ਼ਨ ਆ, ਜਿਹੜਾ ਭਵਿੱਖ ਆ, ਜੇ ਆਪਾਂ ਇਹਨਾਂ ਨੂੰ ਇਗਨੋਰ ਕਰਾਂਗੇ, ਜੇ ਆਪਾਂ ਇਹਨਾਂ ਦੀ ਗੱਲ ਨਹੀਂ ਕਰਾਂਗੇ, ਤਾਂ ਦੇਸ਼ ਵਾਸੀ ਜਿਹੜੇ ਆ ਉਹ ਅੱਗੇ ਦੇਸ਼ ਪ੍ਰੇਮੀ ਕਿਵੇਂ ਬਣਨਗੇ? ਸਰ, ਸ਼ਹੀਦ ਦੇ ਦਰਜੇ ਦੀ ਜਿਹੜੀਆਂ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਦਾ ਵਿੱਚ ਰੋਲ ਆ, ਕਿਸ ਤਰ੍ਹਾਂ ਜਿਹੜਾ ਆਵਾਜ਼ ਚੁੱਕੋਗੇ? ਦੇਖੋ, ਇਹ ਤਾਂ ਹਮੇਸ਼ਾ ਮੈਂ ਤੁਹਾਨੂੰ ਜਿਵੇਂ ਵਾਰ ਵਾਰ ਕਿਹਾ ਵੀ ਇਹ ਗੱਲਾਂ ਬਹੁਤ ਛੋਟੀਆਂ ਹੈ, ਇਹ ਤਾਂ ਲੋਕਾਂ ਲਈ ਅਮਰ ਨੇ। ਸਰਕਾਰਾਂ ਇਹਨਾਂ ਨੂੰ ਕੀ ਦੇ ਸਕਦੀਆਂ? ਦੇ ਸਕਦੀਆਂ, ਇਹ ਸਰਕਾਰਾਂ ਨੂੰ ਦੇ ਸਕਦੇ ਆ। ਇਸ ਕਰਕੇ ਇਹ ਤਾਂ ਵੱਡੇ ਨਾਂ ਨੇ, ਹਰ ਜਗ੍ਹਾ ਇਹਨਾਂ ਦੇ, ਮੈਂ ਸਮਝਦਾ ਅੰਦਰ ਵਾਸਾ ਹੈ ਹਰ ਜਗ੍ਹਾ। ਇੱਦੋਂ ਕੋਈ ਵੀ ਸਰਕਾਰ ਆਵੇ, ਬੜੇ ਤੋਂ ਬੜੇ ਇਹਨਾਂ ਦੇ ਯਾਦਗਾਰ ਚਿੰਨ੍ਹ ਬਣੇ ਆ, ਕਿਤਾਬਾਂ ਬਣੀਆਂ, ਕਿਹੜੀ ਚੀਜ਼ ਆ ਜਿਹੜੀ ਨਹੀਂ ਗੀ? ਇਸ ਕਰਕੇ ਇਹ ਤਾਂ ਅਮਰ ਨੇ। ਨਹੀਂ, ਅੱਜ ਮੁੱਖ ਮੰਤਰੀ ਇੱਥੇ ਸੁੱਤਾ ਪਿਆ, ਅੱਜ ਲੁਧਿਆਣੇ 'ਚ ਹੀ ਆ। ਹਾਂ, ਮੈਂ ਉਹੀ ਕਹਿਣਾ, ਅੱਜ ਵੀ ਇੱਥੇ ਸੁੱਤਾ ਪਿਆ ਹੈ, ਪਰ ਉਹਨਾਂ ਨੂੰ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਕਦੇ ਕੋਈ ਦੇਸ਼ ਲਈ ਕੁਰਬਾਨੀ ਨਹੀਂ। ਇਹ ਤਾਂ ਲੋਟ ਆ ਗਿਆ ਕੰਮ, ਮੁੱਖ ਮੰਤਰੀ ਬਣ ਗਏ ਇਸ ਲੋਕ, ਇਹਨਾਂ ਨੂੰ ਕੀ ਪਤਾ? ਇਹ ਤਾਂ ਜਾਲੀ ਉਹਨਾਂ ਦੀਆਂ ਪੱਗਾਂ ਬੰਨ ਕੇ, ਉਹਨਾਂ ਦੀਆਂ ਤਸਵੀਰਾਂ ਲਾ ਕੇ ਆਪਣਾ ਮੁੱਲ ਵੱਟ ਕੇ, ਅੱਜ ਭਗਤ ਸਿੰਘ ਹੁਣੀ ਵੀ ਉੱਤੇ ਬੈਠੇ ਦੇਖ ਰਹੇ ਹੋਣੇ ਵੀ ਇਹਨਾਂ ਦਾ ਹਾਲ ਕੀ ਕਰਨਾ ਹੈ। ਸਾਹਿਬ, ਕੱਲ੍ਹ ਸੀ ਐਮ ਸਾਹਿਬ ਨੇ ਇੱਕ ਕਿਹਾ, ਕਹਿੰਦੇ ਕਿ ਜਿਹੜੇ ਬਿੱਟੂ ਦੇ ਪੈਸੇ ਲਏ ਨੇ ਤਾਂ ਉਸ 'ਤੇ ਕਾਫੀ ਜਿਹੜਾ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਪੈਸੇ ਇਕੱਠੇ ਕੀਤੇ ਨੇ, ਮੇਰੇ ਕੋਲ ਸਰਕਾਰੀ ਕੋਠੀ ਖਾਲੀ ਕਰਵਾ ਲਈ, ਤਾਂ ਉਹ ਕਹਿੰਦੇ ਕਿ 10 ਸਾਲ ਜਿਹੜਾ ਸੱਤਾ ਦਾ ਆਨੰਦ ਮਾਣਿਆ ਅਤੇ ਪੈਸੇ ਤਾਂ ਲੈਣੇ ਸੀ। ਸੱਤਾ ਦਾ ਆਨੰਦ ਕਿਹੜਾ ਮਾਣਿਆ? ਤੁਸੀਂ ਜਿਹੜਾ ਕੋਠੀ ਦੇ ਵਿੱਚ ਰਹਿ ਕੇ ਤੁਸੀਂ ਸੱਤਾ ਦਾ ਆਨੰਦ ਮਾਣਿਆ, ਕੋਈ ਤਾਕਤ ਆਉਂਦੀ ਹੈ ਉੱਥੋਂ? ਮੈਨੂੰ ਤਾਂ ਕੋਈ ਸਮਝ ਨਹੀਂ, ਜੇ ਤੁਸੀਂ ਆਪਣੇ ਘਰਾਂ 'ਚ ਰਹਿੰਦੇ ਹੋ ਉੱਥੇ ਕੋਈ ਸੱਤਾ ਆਉਂਦੀ ਹੈ? ਬੇਵਕੂਫ ਆਦਮੀ ਆ, ਛੱਡੋ ਉਹਦੀ ਗੱਲ। ਸਰ, ਦਿੱਲੀ ਆਵਾਸ ਦੇ ਵਿੱਚ, ਸੀਐਮ ਆਵਾਸ ਦੇ ਵਿੱਚ ਇੱਕ ਮਹਿਲਾ ਦੇ ਜਿਹੜਾ ਥੱਪੜ ਮਾਰ ਗਿਆ, ਜਿਸ ਨੂੰ ਦੇਖੋ ਯਾਰ, ਇਹ ਤਾਂ ਨਾ ਸਾਰੇ, ਮੈਂ ਕਿਹਾ ਗੰਦੇ ਲੋਕ ਇਕੱਠੇ ਹੋ ਗਏ। ਕਿਸ ਤਰੀਕੇ ਨਾਲ ਕੇਜਰੀਵਾਲ ਨੇ, ਅਤੇ ਭਗਵੰਤ ਮਾਨ ਦੀ ਗੱਲ ਇਹਨੂੰ ਕਹਿ, ਤੂੰ ਲੋਕਾਂ ਦੀ ਗੱਲ ਕਰਨਾ, ਤੇਰੇ ਤਾਂ ਤੇਰੇ ਨਾਲ ਬੇਟੀ ਨਹੀਂ ਗੀ, ਤੂੰ ਕਿਸੇ ਨੂੰ ਕਹਿ ਸਕਦਾ ਕੁਛ? ਜੋ ਤੁਹਾਡੀ ਵਾਈਫ ਨੇ, ਜੋ ਤੁਹਾਡੀ ਬੇਟੀ ਨੇ ਕਿਹਾ ਹੈ, ਜੋ ਬੰਦਾ ਆਪਣੀ ਬੇਟੀ ਦਾ ਨਾ ਹੋਇਆ ਉਹ ਪੰਜਾਬ ਦਾ ਕੀ ਹੋਊਗਾ? ਦੇਖਿਆ ਉਹਨੇ ਕਿਵੇਂ ਰੋ ਕੇ ਗੱਲਾਂ ਕੀਤੀਆਂ ਸੀ। ਇਸ ਕਰਕੇ ਇਹੋ ਜਿਹੇ ਗੰਦੇ ਬੰਦਿਆਂ ਦੀ ਗੱਲ ਨਾ ਕਰਿਆ ਕਰੋ, ਸਮਾਜ 'ਚ ਇਹ ਕਲੰਕ ਨੇ ਸਮਾਜ ਦੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।